ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਚੌਪਈ ਸਾਹਿਬ ਜੀ ਦੀ ਵਿਚਾਰ ਸ਼ੁਰੂ ਕਰਨ ਜਾ ਰਹੇ ਹਾਂ। ਆਪ ਜੀ ਚਿੱਤ ਲਾ ਕੇ ਸਰਵਣ ਕਰੋ ਜੀ। ਚੌਪਈ ਸਾਹਿਬ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦਹਿ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਹੇ ਅਕਾਲ ਪੁਰਖ ਜੀਓ, ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰੋ, ਮੇਰੇ ਮਨ ਦੀ ਇੱਛਾ ਪੂਰੀ ਹੋਵੇ। ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਿਤਪਾਰਾ, ਮੇਰਾ ਮਨ ਹਮੇਸ਼ਾ ਆਪ ਜੀ ਦੇ ਚਰਨਾਂ ਵਿੱਚ ਜੁੜਿਆ ਰਹੇ। ਮੈਨੂੰ ਆਪਣਾ ਦਾਸ ਸਮਝ ਕੇ ਹਰ ਤਰ੍ਹਾਂ ਪ੍ਰਤਿਪਾਲਣਾ ਕਰੋ ਜੀ। ਇਸ ਦੇ ਵਿੱਚ ਤਵ ਦਾ ਅਖਰੀ ਅਰਥ ਹੈ ਤੁਹਾਡੇ, ਅਤੇ ਪ੍ਰਿਤਪਾਲਾ ਦਾ ਅਖਰੀ ਅਰਥ ਹੈ ਪ੍ਰਤਿਪਾਲਣਾ ਕਰਨਾ। ਹਮਰੇ ਦੁਸਬੈ ਤੁਮ ਘਾਓ, ਆਪ ਹਾਥ ਦੇ ਮੋਹੇ ਬਚਾਓ, ਮੇਰੇ ਸਾਰੇ ਦੋਖੀ ਮਾਰ ਮੁਕਾਓ। ਆਪਣਾ ਹੱਥ ਦੇ ਕੇ ਮੈਨੂੰ ਇਹਨਾਂ ਦੁਸ਼ਟਾਂ ਕਾਮ ਕਰੋ ਲੋਭ ਮੋਹ ਹੰਕਾਰ ਤੋਂ ਬਚਾ ਲਵੋ ਜੀ। ਘਾਵੋ ਦਾ ਅਖਰੀ ਅਰਥ ਹੈ ਮਾਰ ਮੁਕਾਓ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੇਰਾ ਪਰਿਵਾਰ ਸੁਖੀ ਵਸੇ। ਹੇ ਕਰਤਾਰ, ਇਹ ਮੇਰਾ ਸਿੱਖ ਪਰਿਵਾਰ ਅਤੇ ਸਾਰੇ ਤੇਰੇ ਸੇਵਕ ਹੀ ਹਨ। ਮੋਰ ਅੱਛਾ ਨਿਜ ਕਰਦਾ ਕਰੀਐ, ਸਭੈ ਰਨ ਕੋ ਆਜ ਸੰਘਰੀਐ, ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰੋ, ਸਾਰੇ ਵੈਰੀਆਂ ਮਨੁੱਖਤਾ ਦੇ ਦੋਖੀਆਂ ਦਾ ਤੁਰੰਤ ਨਾਸ ਕਰ ਦਿਓ। ਕਰਦਾ ਅਖਰੀ ਅਰਥ ਹੈ ਜੀ ਹੱਥ, ਅਤੇ ਸੰਘਰਿਆ ਦਾ ਅਖਰੀ ਅਰਥ ਹੈ ਮਾਰ ਦਿਓ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਮੇਰੀ ਇਹ ਆਸਾ ਪੂਰੀ ਹੋਵੇ ਕਿ ਹਰ ਦਮ ਆਪ ਦੇ ਸਿਮਰਨ ਦੀ ਪਿਆਸ ਤਾਂਗ ਲੱਗੀ ਰਹੇ। ਤੁਮੇ ਛਾੜ ਕੋਈ ਅਵਰ ਨਾ ਧਿਆਉਂ, ਜੋਬਰ ਚਾਹੋਂ ਸੋ ਤੁਮ ਤੈ ਪਾਉਂ, ਮੈਂ ਤੁਹਾਨੂੰ ਛੱਡ ਕੇ ਕਿਸੇ ਹੋਰ ਦਾ ਧਿਆਨ ਨਾ ਧਰਾਂ, ਜੋ ਵੀ ਬਖਸ਼ਿਸ਼ ਚਾਹਵਾਂ ਉਹ ਕੇਵਲ ਆਪ ਜੀ ਤੋਂ ਹੀ ਮੈਨੂੰ ਪ੍ਰਾਪਤ ਹੋਵੇ। ਸੇਵਕ ਸਿੱਖ ਹਮਾਰੇ ਤਾਰੀਐ, ਚੁਣ ਚੁਣ ਸਤਰ ਹਮਾਰੇ ਮਾਰੀਐ, ਮੇਰੇ ਸਿੱਖ ਜੋ ਆਪ ਜੀ ਦੇ ਸੇਵਕ ਹਨ, ਇਹਨਾਂ ਨੂੰ ਸੰਸਾਰ ਸਾਗਰ ਤੋਂ ਤਾਰ ਲਵੋ ਜੀ। ਮੇਰੇ ਦੁਸ਼ਮਣ ਮਨੁੱਖਤਾ ਦੇ ਦੋਖੀ ਚੁਣ ਚੁਣ ਕੇ ਮਾਰ ਮੁਕਾਓ ਜੀ। ਸਤਰ ਦਾ ਅਖਰੀ ਅਰਥ ਹੈ ਦੁਸ਼ਮਣ। ਆਪ ਹੱਥ ਦੇ ਮੁਝੇ ਉਭਰਿਆ, ਮਰਨ ਕਾਲ ਕਾ ਤਰਾਸ ਨਵਰਿਆ। ਉਭਰਿਆ ਦਾ ਅਖਰੀ ਅਰਥ ਹੈ ਬਚਾ ਲਵੋ, ਅਤੇ ਤਰਾਸ ਦਾ ਅਖਰੀ ਅਰਥ ਹੈ ਡਰ ਅਤੇ ਕਸ਼ਟ। ਆਪਣਾ ਹੱਥ ਦੇ ਕੇ ਮੈਨੂੰ ਭਵ ਸਾਗਰ ਤੋਂ ਬਚਾ ਲਵੋ ਜੀ। ਮਨ ਸਮੇਂ ਦਾ ਡਰ ਦੂਰ ਕਰ ਦਿਓ ਜੀ। ਹੁਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜੂ ਕਰੀਓ ਰੱਛਾ। ਸਦਾ ਮੇਰੇ ਪੱਖੀ ਬਣੋ, ਮੇਰੀ ਮਦਦ ਕਰੋ ਪ੍ਰਭੂ ਜੀ, ਹਰ ਔਕੜ ਸਮੇਂ ਮੇਰੀ ਰੱਖਿਆ ਕਰੋ ਜੀ। ਹੁਜੋ ਦਾ ਅਖਰੀ ਅਰਥ ਹੈ ਹੋ ਜਾਓ, ਅਤੇ ਪੱਛਾ ਦਾ ਅਖਰੀ ਅਰਥ ਹੈ ਮਦਦਗਾਰ। ਅਸਤੁਜ ਦਾ ਅਖਰੀ ਅਰਥ ਹੈ ਜਿਸ ਦੇ ਝੰਡੇ 'ਤੇ ਕਿਰਪਾਨ ਹੈ, ਭਾਵ ਅਕਾਲ ਪੁਰਖ। ਰਾਖ ਲਿਓ ਮੋਏ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਮੇਰੀ ਰੱਖਿਆ ਕਰੋ ਜੀ। ਹੇ ਰਾਖਣ ਹਾਰ ਪ੍ਰਭੂ, ਤੁਸੀਂ ਮਾਲਕ ਹੋ, ਸੰਤਾਂ ਦੀ ਸਹਾਇਤਾ ਕਰਨ ਵਾਲੇ ਹੋ। ਸੰਤ ਦਾ ਅਖਰੀ ਅਰਥ ਹੈ ਸੰਤਾਂ ਦੀ ਸਹਾਇਤਾ ਕਰਨ ਵਾਲੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮਹੋ ਪੁਰੀ ਚਤਰ ਤਸਕੰਤਾ, ਤੁਸੀਂ ਦੁਖੀਆਂ ਦੇ ਮਿੱਤਰ ਹੋ, ਦੋਖੀਆਂ ਦਾ ਨਾਸ ਕਰਨ ਵਾਲੇ ਹੋ, ਤੁਸੀਂ ਹੀ 14 ਪੁਰੀਆਂ ਦੇ ਮਾਲਕ ਹੋ।
ਦੀਨ ਦਾ ਆਖਰੀ ਅਰਥ ਹੈ ਦੀਨਾਂ ਦੇ ਮਿੱਤਰ। ਹੰਤਾ ਦਾ ਆਖਰੀ ਅਰਥ ਹੈ ਨਾਸ ਕਰਨ ਵਾਲੇ। ਦਸ ਦਾ ਆਖਰੀ ਅਰਥ ਹੈ 14। ਅਤੇ ਕੰਤਾ ਦਾ ਆਖਰੀ ਅਰਥ ਹੈ ਮਾਲਕ। ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸਿਵ ਜੂ ਅਵਤਰਾ। ਅਕਾਲ ਪੁਰਖ ਦੇ ਹੁਕਮ ਰਾਹੀਂ ਹੀ ਬ੍ਰਹਮਾ ਨੇ ਸਰੀਰ ਧਾਰਿਆ, ਪਰਮਾਤਮਾ ਦੇ ਹੁਕਮ ਨਾਲ ਹੀ ਸ਼ਿਵ ਜੀ ਨੇ ਜਨਮ ਲਿਆ। ਕਾਲ ਦਾ ਆਖਰੀ ਅਰਥ ਹੈ ਅਕਾਲ ਪੁਰਖ। ਕਾਲ ਪਾਏ ਕਲ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਅਕਾਲ ਪੁਰਖ ਦੇ ਹੁਕਮ ਨਾਲ ਹੀ ਵਿਸ਼ਨੂੰ ਜੀ ਦਾ ਪ੍ਰਕਾਸ਼ ਹੋਇਆ। ਇਹ ਸਾਰਾ ਜਗਤ ਤਮਾਸ਼ਾ ਅਕਾਲ ਪੁਰਖ ਦਾ ਹੀ ਰਚਿਆ ਹੋਇਆ ਹੈ। ਜਵਨ ਕਾਲ ਜੋ ਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ। ਜਵਨ ਕਾਲ ਦਾ ਆਖਰੀ ਅਰਥ ਹੈ ਜਿਸ ਅਕਾਲ ਪੁਰਖ ਨੇ ਸ਼ਿਵ ਜੀ ਜਿਹੇ ਜੋਗੀ ਰਾਜ ਪੈਦਾ ਕੀਤੇ। ਵੇਦਾਚਾਰੀਆ ਬ੍ਰਹਮਾ ਜਿਸ ਦੇ ਹੁਕਮ ਵਿੱਚ ਪੈਦਾ ਹੋਇਆ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਿਸ ਅਕਾਲ ਪੁਰਖ ਨੇ ਸਾਰੇ ਸੰਸਾਰ ਨੂੰ ਸਾਜਿਆ ਅਤੇ ਸੰਵਾਰਿਆ, ਉਸਨੂੰ ਮੇਰੀ ਨਮਸਕਾਰ ਹੈ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਨ ਜੱਛਣ ਉਪਜਾਇਓ। ਜੱਛਣ ਦਾ ਆਖਰੀ ਅਰਥ ਹੈ ਯਕਸ਼, ਦੇਵਤਿਆਂ ਦੀ ਇੱਕ ਜਾਤੀ ਹੈ। ਜਿਸ ਕਾਲ ਅਕਾਲ ਪੁਰਖ ਨੇ ਸਾਰਾ ਜਗਤ ਰਚਿਆ ਹੈ, ਸ੍ਰਿਸ਼ਟੀ ਵਿੱਚ ਦੇਵਤੇ ਰਾਖਸ਼ ਅਤੇ ਜੱਛ ਯਕਸ਼ ਆਦਿ ਪੈਦਾ ਕੀਤੇ ਹੋਏ ਹਨ। ਆਦਿ ਅੰਤ ਇਹ ਕਹਿ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ। ਇਸ ਵਿੱਚ ਸੋਈ ਦਾ ਆਖਰੀ ਅਰਥ ਹੈ ਉਹੀ। ਸ੍ਰਿਸ਼ਟੀ ਰਚਨਾ ਦੇ ਆਰੰਭ ਤੋਂ ਅੰਤ ਤੱਕ ਇੱਕੋ ਇੱਕ ਵਾਹਿਗੁਰੂ ਹੀ ਪੂਜਨੀਕ ਹਸਤੀ ਹੈ, ਉਹੀ ਸਾਡਾ ਗੁਰੂ ਹੈ। ਨਮਸਕਾਰ ਤਿਸੀ ਕੋ ਹਮਾਰੀ, ਸਕਲ ਪ੍ਰਜਾਜਨੇ ਆਪ ਸਵਾਰੀ। ਸਕਲ ਦਾ ਆਖਰੀ ਅਰਥ ਹੈ ਸਾਰੀ। ਉਸਨੂੰ ਹੀ ਮੇਰੀ ਨਮਸਕਾਰ ਹੈ ਜਿਸਨੇ ਸਾਰੇ ਲੋਕ ਆਪ ਬਣਾਏ ਹਨ। ਸੇਵਕਨ ਕੋ ਸਿਵ ਗੁਣ ਸੁਖ ਦੀਓ, ਸਤਰੰਗ ਕੋ ਪਲ ਮੋਹ ਬਦ ਕੀਓ। ਸੇਵਕਨ ਦਾ ਆਖਰੀ ਅਰਥ ਹੈ ਸੇਵਕ। ਸਿਵ ਗੁਣ ਦਾ ਆਖਰੀ ਅਰਥ ਹੈ ਸ਼ੁਭ ਗੁਣ। ਬਦ ਦਾ ਆਖਰੀ ਅਰਥ ਹੈ ਮਾਰ, ਜਿਸਨੇ ਆਪਣੇ ਸੇਵਕਾਂ ਨੂੰ ਦੈਵੀ ਗੁਣਾਂ ਅਤੇ ਸੁੱਖ ਦਿੱਤੇ। ਉਹ ਜੋ ਦੁਸ਼ਮਣਾਂ ਨੂੰ ਪਲ ਭਰ ਵਿੱਚ ਨਾਸ ਕਰਦਾ ਹੈ। ਘਟ ਘਟ ਗਏ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਘਟ ਦਾ ਆਖਰੀ ਅਰਥ ਹੈ ਹਰ ਇੱਕ ਸਰੀਰ। ਵਾਹਿਗੁਰੂ ਹਰ ਇੱਕ ਜੀਵ ਦੇ ਦਿਲ ਦੀ ਹਾਲਤ ਜਾਣਦਾ ਹੈ, ਚੰਗੇ ਅਤੇ ਮੰਦੇ ਸਭ ਦੇ ਦਿਲਾਂ ਦੀ ਪੀੜ ਨੂੰ ਮਹਿਸੂਸ ਕਰਦਾ ਹੈ। ਚੀਟੀ ਤੇ ਕੁੰਚਰ ਸਥੂਲਾ, ਸੱਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਕੁੰਚਰ ਦਾ ਆਖਰੀ ਅਰਥ ਹੈ ਹਾਥੀ। ਨਿੱਕੀ ਜਿਹੀ ਕੀੜੀ ਤੋਂ ਲੈ ਕੇ ਵੱਡੇ ਆਕਾਰੀ ਹਾਥੀ ਤੱਕ ਸਭ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਪ੍ਰਭੂ ਵਿਗਸਦਾ ਹੈ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਸਾਧਨ ਦਾ ਆਖਰੀ ਅਰਥ ਹੈ ਸੰਤ। ਵਾਹਿਗੁਰੂ ਆਪਣੇ ਸੰਤਾਂ ਭਗਤਾਂ ਦੇ ਦੁਖੀ ਕੀਤੇ ਜਾਣ 'ਤੇ ਦੁੱਖ ਮਹਿਸੂਸ ਕਰਦਾ ਹੈ, ਸਤਪੁਰਖਾਂ ਨੂੰ ਸੁੱਖ ਮਿਲਣ 'ਤੇ ਸੁੱਖ ਪ੍ਰਤੀਤ ਕਰਦਾ ਹੈ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਇਸ ਦੇ ਵਿੱਚ ਪਟ ਦਾ ਆਖਰੀ ਅਰਥ ਹੈ ਪਰਦਾ। ਇਕੱਲੇ ਇਕੱਲੇ ਵਿਅਕਤੀ ਦੀ ਪੀੜਾ ਨੂੰ ਅਨੁਭਵ ਕਰਦਾ ਹੈ, ਹਰ ਇੱਕ ਮਨੁੱਖ ਦੇ ਦਿਲ ਦੀਆਂ ਗੋਹਜ ਗੱਲਾਂ ਤੋਂ ਜਾਣੂ ਹੈ। ਜਬਦ ਕਰਕ ਕਰਾ ਕਰਤਾਰਾ, ਪ੍ਰਜਾ ਤਰ ਤਬ ਦੇਹੇ ਅਪਾਰਾ। ਉਦ ਕਰਕ ਦਾ ਆਖਰੀ ਅਰਥ ਹੈ ਵਿਸਥਾਰ ਕਰਨ ਵਾਲੀ ਸ਼ਕਤੀ। ਕਰਤਾਰ ਜਦੋਂ ਆਪਣੀ ਪਸਾਰ ਕਰਨ ਵਾਲੀ ਸ਼ਕਤੀ ਦਾ ਪ੍ਰਯੋਗ ਕਰਦਾ ਹੈ ਤਾਂ ਅਣਗਿਣਤ ਖਲਕਤ ਸਰੀਰ ਧਾਰਨ ਕਰ ਲੈਂਦੀ ਹੈ। ਜਬ ਆ ਕਰਕ ਕਰ ਤੋਂ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ। ਆਕਰਖ ਦਾ ਆਖਰੀ ਅਰਥ ਹੈ ਸਮੇਟਣ ਵਾਲੀ ਸ਼ਕਤੀ। ਦੇਹ ਦਾ ਆਖਰੀ ਅਰਥ ਹੈ ਦੇਹਧਾਰੀ।
ਪਰ ਜਦੋਂ ਆਪਣੀ ਸਮੇਟਣ ਵਾਲੀ ਸ਼ਕਤੀ ਦਾ ਪ੍ਰਯੋਗ ਕਰਦਾ ਹੈ ਤਾਂ ਸਾਰੇ ਸਰੀਰ ਪ੍ਰਭੂ ਵਿੱਚ ਸਮਾ ਜਾਂਦੇ ਹਨ। ਜੇ ਤੇ ਬਦਨ ਸ੍ਰਿਸ਼ਟ ਸਭ ਧਾਰ ਹੈ, ਆਪ ਆਪਣੀ ਭੂ ਜੀ ਉਚਾਰ ਹੈ। ਇਹਦੇ ਵਿੱਚ ਬਦਨ ਦਾ ਆਖਰੀ ਅਰਥ ਹੈ ਸਰੀਰ। ਜਿੰਨੇ ਸਰੀਰ ਸ੍ਰਿਸ਼ਟੀ ਉਤਪੰਨ ਕੀਤੀ ਕਰਦੀ ਹੈ, ਉਹਨਾਂ ਵਿੱਚ ਹਰ ਕੋਈ ਆਪੋ ਆਪਣੀ ਸੋਝੀ ਅਨੁਸਾਰ ਹੀ ਪ੍ਰਭੂ ਦੀਆਂ ਵਡਿਆਈਆਂ ਕਥਨ ਕਰਦਾ ਹੈ। ਤੁਮ ਸਭ ਹੀ ਤੇਰਾ ਨਿਰਾਲਮ ਜਾਣਦ ਭੇਦ ਭੇਦ ਹਰੇ ਆਲਮ। ਭੇਦ ਦਾ ਆਖਰੀ ਅਰਥ ਹੈ ਰਹੱਸਵਾਦੀ ਅਤੇ ਆਲਮ ਦਾ ਆਖਰੀ ਅਰਥ ਹੈ ਗਿਆਨਵਾਨ। ਪ੍ਰਭ ਜੀ, ਤੁਸੀਂ ਸਾਰੇ ਜੀਵਾਂ ਤੋਂ ਨਿਰਲੇਪ ਰਹਿੰਦੇ ਹੋ, ਇਹ ਗੱਲ ਧਰਮ ਗ੍ਰੰਥ ਰਹੱਸਵਾਦੀ ਅਤੇ ਗਿਆਨਵਾਨ ਪੁਰਖ ਜਾਣਦੇ ਹਨ। ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਅਨੀਲ ਅਨਾਦ ਅਸੰਭ। ਇਸ ਦੇ ਵਿੱਚ ਨਿਰੰਕਾਰ ਦਾ ਆਖਰੀ ਅਰਥ ਹੈ ਆਕਾਰ ਤੋਂ ਰਹਿਤ, ਨਿਰਵਿਕਾਰ ਵਿਕਾਰਾਂ ਤੋਂ ਰਹਿਤ, ਨਿਰਲੰਬ ਦਾ ਆਖਰੀ ਅਰਥ ਹੈ ਆਸਰੇ ਤੋਂ ਰਹਿਤ, ਅਨੀਲ ਰੂਪ ਰੰਗ ਤੋਂ ਰਹਿਤ, ਅਨਾਦ ਮੁੱਢ ਤੋਂ ਰਹਿਤ ਅਤੇ ਅਸੰਭ ਦਾ ਆਖਰੀ ਅਰਥ ਹੈ ਜਨਮ ਤੋਂ ਰਹਿਤ। ਅਕਾਲ ਪੁਰਖ ਕਿਸੇ ਸਥੂਲ ਆਕਾਰ ਤੋਂ ਰਹਿਤ ਹੈ, ਕੋਈ ਵਿਕਾਰ ਉਸਨੂੰ ਭੋ ਨਹੀਂ ਸਕਦਾ, ਉਸਨੂੰ ਕਿਸੇ ਆਸਰੇ ਦੀ ਲੋੜ ਨਹੀਂ, ਉਹ ਸਾਰੀ ਪ੍ਰਕਿਰਤੀ ਦਾ ਮੁੱਢ ਹੈ, ਰੂਪ ਰੰਗ ਤੋਂ ਰਹਿਤ ਹੈ, ਉਸਦਾ ਮੁੱਢ ਨਹੀਂ ਲੱਭਿਆ ਜਾ ਸਕਦਾ ਅਤੇ ਜਨਮ ਤੋਂ ਰਹਿਤ ਹੈ। ਤਾਂ ਕਾ ਮੂੜ ਵਿਚਾਰ ਭੇਦਾ ਜਾਂ ਕੋ ਭੇਵ ਨਾ ਭਾਵਤ ਬੇਦਾ। ਮੂਰਖ ਮਨੁੱਖ ਉਸ ਨਿਰੰਕਾਰ ਦਾ ਭੇਦ ਪਾ ਲੈਣ ਦੀ ਸ਼ੇਖੀ ਮਾਰਦਾ ਹੈ, ਜਿਸਦਾ ਭੇਦ ਭੇਦ ਅਤੇ ਬੇਦਾਚਾਰਿਆ ਵੀ ਨਹੀਂ ਪਾ ਸਕੇ। ਤਾਂ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ। ਪਾਹਨ ਦਾ ਆਖਰੀ ਅਰਥ ਹੈ ਪੱਥਰ ਅਤੇ ਅਨੁਮਾਨਤ ਅੰਦਾਜ਼ਾ ਲਗਾਉਣ ਦਾ ਹੈ। ਕਈ ਪੱਥਰ ਦੀ ਮੂਰਤੀ ਬਣਾ ਕੇ ਉਸਨੂੰ ਪਰਮਾਤਮਾ ਮੰਨਦੇ ਹਨ। ਮਹਾਂਮੂਰਖ ਲੋਕ ਨਿਰ ਆਕਾਰ ਵਾਹਿਗੁਰੂ ਦੀ ਹੋਂਦ ਦਾ ਭੇਦ ਨਹੀਂ ਜਾਣਦੇ। ਮਹਾਂਦੇਵ ਕੋ ਕਹਿ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭਿਵ। ਮਹਾਂਦੇਵ ਸ਼ਿਵਜੀ, ਸਦਾ ਦਾ ਆਖਰੀ ਅਰਥ ਹੈ ਪਰਮਾਤਮਾ, ਚੀਨਤ ਪਛਾਣ ਅਤੇ ਭਿਵ ਦਾ ਆਖਰੀ ਅਰਥ ਹੈ ਭੇਦ। ਕਈ ਸ਼ਿਵਜੀ ਦੇਵਤੇ ਨੂੰ ਹੀ ਸਦਾ ਸਥਿਰ ਰਹਿਣ ਵਾਲਾ ਨਿਰੰਕਾਰ ਆਖਦੇ ਹਨ, ਉਹ ਅਸਲੀ ਨਿਰੰਕਾਰ ਦੀ ਹਸਤੀ ਦਾ ਭੇਦ ਨਹੀਂ ਜਾਣਦੇ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਇ ਤੇਤੀ। ਬਰਨਤ ਦਾ ਆਖਰੀ ਅਰਥ ਹੈ ਵਰਣਨ ਕਰਨਾ। ਆਪੋ ਆਪਣੀ ਬੁੱਧੀ ਜਿਨੀ ਕੁ ਆਪ ਜੀ ਵੱਲੋਂ ਬਖਸ਼ੀ ਹੋਈ ਹੈ, ਉਸ ਅਨੁਸਾਰ ਹਰ ਕੋਈ ਵੱਖ ਵੱਖ ਤਰੀਕਿਆਂ ਨਾਲ ਤੇਰੇ ਵੱਖ ਵੱਖ ਗੁਣਾਂ ਨੂੰ ਵਰਣਨ ਕਰਦਾ ਹੈ। ਤੁਮਰਾ ਲਖਾਨਾ ਜਾਏ ਪਸਾਰਾ, ਕਹਿ ਵਿਦ ਹੋਜਾ ਪ੍ਰਥਮ ਸੰਸਾਰਾ। ਤੇਰੇ ਅਦਭੁਤ ਜਗਤ ਪਸਾਰਾ ਦੱਸਿਆ ਜਾਂ ਲਿਖਿਆ ਨਹੀਂ ਜਾ ਸਕਦਾ। ਪਤਾ ਨਹੀਂ ਲੱਗਦਾ ਕਿਸ ਤਰੀਕੇ ਨਾਲ ਪਹਿਲਾਂ ਪਹਿਲ ਸੰਸਾਰ ਸਾਜਿਆ। ਏਕ ਹੈ ਰੂਪ ਅਨੂਪ ਸਰੂਪਾ, ਰੰਗ ਪਿਓ ਰਾਵ ਕਈ ਭੂਪਾ। ਅਨੂਪ ਦਾ ਆਖਰੀ ਅਰਥ ਹੈ ਬੇਮਿਸਾਲ ਅਤੇ ਰਾਵ ਦਾ ਆਖਰੀ ਅਰਥ ਹੈ ਅਮੀਰ। ਇੱਕੋ ਇੱਕ ਪ੍ਰਭੂ ਬੇਮਿਸਾਲ ਹੈ, ਸੁੰਦਰ ਸਰੂਪ ਵਾਲਾ ਹੈ, ਆਪ ਹੀ ਕਿਤੇ ਕੰਗਾਲ ਬਣਿਆ ਬੈਠਾ ਹੈ, ਕਿਤੇ ਅਮੀਰ ਅਤੇ ਕਿਤੇ ਰਾਜਾ ਹੈ। ਅੰਡਾ ਜੇ ਰਸੇ ਤਜਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ। ਸੇਤਜ ਦਾ ਆਖਰੀ ਅਰਥ ਹੈ ਪਸੀਨੇ ਤੋਂ ਪੈਦਾ ਹੋਣ ਵਾਲੇ ਅਤੇ ਉਤਪੁਜ ਦਾ ਆਖਰੀ ਅਰਥ ਹੈ ਧਰਤੀ ਤੋਂ ਉੱਗਣ ਵਾਲੇ ਬੂਟੇ। ਪ੍ਰਭੂ ਨੇ ਅੰਡਿਆਂ ਰਾਹੀਂ, ਵੀਰਜ ਰਾਹੀਂ, ਪਸੀਨੇ ਰਾਹੀਂ ਅਰਥੀ ਧਰਤੀ ਤੋਂ ਉੱਗਣ ਪ੍ਰਕਿਰਿਆ ਰਾਹੀਂ ਚਾਰ ਖਾਣੀਆਂ ਦੀ ਰਚਨਾ ਕੀਤੀ ਹੈ ਅਤੇ ਫਿਰ ਸਾਰੀ ਉਤਪਤੀ ਇਹਨਾਂ ਖਾਣੀਆਂ ਦੁਆਰਾ ਹੀ ਕੀਤੀ ਹੈ। ਕਹੂੰ ਫੁੱਲ ਰਾਜਾ ਵਹਿ ਬੈਠਾ, ਕਹੂੰ ਸਿਮਟ ਭਇਓ ਸ਼ੰਕਰ ਇਕੈਠਾ। ਫੁੱਲ ਦਾ ਆਖਰੀ ਅਰਥ ਹੈ ਕਮਲ ਫੁੱਲ ਤੋਂ ਪੈਦਾ ਹੋਇਆ। ਅਕਾਲ ਪੁਰਖ ਕਿਤੇ ਕਮਲ ਫੁੱਲ ਤੋਂ ਪੈਦਾ ਬ੍ਰਹਮਾ ਬਣਿਆ ਬੈਠਾ ਹੈ, ਕਿਤੇ ਸੁੰਗੜ ਕੇ ਸ਼ਿਵਜੀ ਦੇ ਰੂਪ ਵਿੱਚ ਇਕੱਠਾ ਹੋਇਆ ਬੈਠਾ ਹੈ।
ਸਾਗਰੀ ਵਿੱਚ ਦਿਖਾਏ ਚੰਬਵ ਆ ਜੁਗਾ ਸਰੂਪ ਸਿੰਭਵ। ਸੁਯੰਭਵ ਦਾ ਆਖਰੀ ਅਰਥ ਹੈ ਸੈਭੰ। ਪ੍ਰਭੂ ਸਾਰੀ ਜਗਤ ਰਚਨਾ ਦਾ ਅਦਭੁਤ ਤਮਾਸ਼ਾ ਦਿਖਾ ਰਿਹਾ ਹੈ। ਸ੍ਰਿਸ਼ਟੀ ਦੇ ਆਰੰਭ ਵਿੱਚ ਯੁਗਾਂ ਦੇ ਸ਼ੁਰੂਆਤ ਅਤੇ ਸੋਹਣੇ ਰੂਪ ਵਾਲਾ ਅਕਾਲ ਪੁਰਖ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੈ। ਅਬ ਰੱਛਾ ਮੇਰੀ ਤੁਮ ਕਰੋ, ਸਿੱਖਿਓ ਉਬਾਰ ਅਸਿੱਖ ਸੰਗਰੋ। ਉਬਾਰ ਦਾ ਆਖਰੀ ਅਰਥ ਹੈ ਬਚਾ ਕੇ, ਸੰਗਰੋ ਮਾਰ ਮੁਕਾਓ। ਹੇ ਪ੍ਰਭੂ ਹੁਣ ਤੁਸੀਂ ਮੇਰੀ ਰੱਖਿਆ ਕਰੋ, ਰੱਬੀ ਸਿੱਖਿਆ ਅਨੁਸਾਰ ਚੱਲਣ ਵਾਲੇ ਸਿੱਖਾਂ ਸੇਵਕਾਂ ਨੂੰ ਬਚਾ ਲਵੋ ਅਤੇ ਇਸ ਦੇ ਵਿਰੁੱਧ ਵਿਚਰਨ ਵਾਲੇ ਵਿਅਕਤੀਆਂ ਦਾ ਨਾਸ ਕਰੋ। ਦੁਸ਼ਟ ਜਿਤੇ ਉੱਠ ਵਤ ਉਤ ਪਾਤਾ, ਸਕਲ ਮਲੇਸ਼ ਕਰੋ ਰਣਘਾਤਾ। ਮਲੇਸ਼ ਦਾ ਆਖਰੀ ਅਰਥ ਹੈ ਰਾਖਸ਼ ਬੁੱਧੀ ਵਾਲੇ ਪਾਪੀ, ਅਤੇ ਘਾਤਾ ਨਾਸ਼। ਜਿੰਨੇ ਵੀ ਖੋਟੀ ਮਤ ਵਾਲੇ ਮਨੁੱਖਤਾ ਦੇ ਦੋਖੀ ਸਮੇਂ ਸਮੇਂ ਉੱਠ ਖਲੋਂਦੇ ਹਨ, ਉਹਨਾਂ ਸਮੂਹ ਪਾਪੀਆਂ ਦਾ ਸੰਸਾਰ ਰਣ ਖੇਤਰ ਵਿੱਚ ਨਾਸ਼ ਕਰੋ ਜੀ। ਜੇ ਅਸਤੁਸ਼ਤਾ ਸਨੀ ਪਰੇ, ਤਿਨਕੇ ਦੁਸ਼ਟ ਦੁਖਤ ਹੋਇ ਮਰੇ। ਹੇ ਖੜਗਧਾਰੀ ਪ੍ਰਭੂ, ਜੋ ਜੀਵ ਤੇਰੇ ਸ਼ਰਨ ਵਿੱਚ ਆ ਪਏ, ਉਹਨਾਂ ਦੇ ਦੁਸ਼ਮਣ ਅਤੇ ਦੁਖੀ ਹੋ ਕੇ ਮਰ ਗਏ। ਪੁਰਖ ਜਮਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਟਾਰੇ। ਜੋ ਤੇਰੀ ਚਰਨੀ ਢਹਿ ਪਏ, ਤੁਸੀਂ ਉਹਨਾਂ ਦੇ ਸਾਰੇ ਕਸ਼ਟ ਨਿਵਾਰ ਦਿੱਤੇ। ਜੋ ਕਲ ਕੋ ਇੱਕ ਬਾਰ ਧਿਆ ਹੈ, ਤਾਂ ਕਿ ਕਾਲ ਨਿਕਟ ਨਹੀਂ ਆਇਆ ਹੈ। ਜੋ ਅਕਾਲ ਪੁਰਖ ਨੂੰ ਇੱਕ ਵਾਰੀ ਵੀ ਧਿਆਨ ਵਿੱਚ ਲਿਆਉਂਦਾ ਹੈ, ਕਾਲ ਉਸਦੇ ਨੇੜੇ ਨਹੀਂ ਆ ਸਕਦਾ। ਰੱਛਾ ਹੋਏ ਤਾਂ ਹੈ ਸਭ ਕਾਲਾ, ਦੁਸ਼ਟ ਅਰਿਸ਼ਟ ਰੇ ਤਤਕਾਲਾ। ਅਰਿਸ਼ਟ ਦਾ ਆਖਰੀ ਅਰਥ ਹੈ ਕਸ਼ਟ, ਸੰਕਟ। ਹਰ ਵੇਲੇ ਉਸਦੀ ਰੱਖਿਆ ਹੁੰਦੀ ਹੈ, ਉਸਦੇ ਦੁਸ਼ਮਣ ਅਤੇ ਔਖੀਆਂ ਘੜੀਆਂ ਤੁਰੰਤ ਦੂਰ ਹੋ ਜਾਂਦੀਆਂ ਹਨ। ਕਿਰਪਾ ਦ੍ਰਿਸ਼ਤਨ ਜਾਏ ਨਿਹਰ ਹੋ, ਤਾਂ ਕਿ ਤਾਪ ਤਨਕ ਮੋਹ ਹਰ ਹੋ। ਨਿਹਰ ਹੋ ਦਾ ਆਖਰੀ ਅਰਥ ਹੈ ਦੇਖਦੇ ਹੋ, ਅਤੇ ਤਨਕ ਦਾ ਆਖਰੀ ਅਰਥ ਹੈ ਖਿਣ ਭਰ ਵਿੱਚ। ਹੇ ਪ੍ਰਭੂ, ਜਿਨ੍ਹਾਂ ਦੇ ਸਰੀਰਾਂ 'ਤੇ ਆਪ ਮਿਹਰ ਦੀ ਨਜ਼ਰ ਪਾਉਂਦੇ ਹੋ, ਉਹਨਾਂ ਦੇ ਦੁੱਖ ਕਲੇਸ਼ ਪਲ ਵਿੱਚ ਹੀ ਦੂਰ ਕਰ ਦਿੰਦੇ ਹੋ। ਰਿੱਧ ਸਿੱਧ ਕਰ ਮੋਹ ਸਭ ਹੋਈ, ਦੁਸ਼ਟ ਛਾ ਛੁਹ ਸਕੇ ਨਾ ਕੋਈ। ਛਾਹ ਦਾ ਆਖਰੀ ਅਰਥ ਹੈ ਪਰਛਾਵੇਂ ਨੂੰ, ਛੁਹ ਦਾ ਆਖਰੀ ਅਰਥ ਹੈ ਛੂਹ ਨਹੀਂ ਸਕਦਾ। ਉਹਨਾਂ ਦੇ ਸਰੀਰ ਘਰ ਵਿੱਚ ਸਾਰੀਆਂ ਰਿੱਧੀਆਂ ਸਿੱਧੀਆਂ ਪੈਦਾ ਹੋ ਜਾਂਦੀਆਂ ਹਨ, ਦੁਸ਼ਮਣਾਂ ਦਾ ਪਰਛਾਵਾਂ ਵੀ ਉਹਨਾਂ ਨੂੰ ਛੂਹ ਨਹੀਂ ਆ ਸਕਦਾ। ਏਕ ਬਾਰ ਜਿਨ ਤੁਮੈਂ ਸੰਭਾਰਾ, ਕਾਲ ਫਾਸ ਅਤੇ ਤਾਹੇ ਉਬਾਰਾ। ਸੰਭਾਰਾ ਦਾ ਆਖਰੀ ਅਰਥ ਹੈ ਚਿੰਤਨ ਕੀਤਾ। ਜਿਨ੍ਹਾਂ ਨੇ ਇੱਕ ਵਾਰੀ ਇਕਾਗਰ ਮਨ ਹੋ ਕੇ ਤੁਹਾਨੂੰ ਯਾਦ ਕੀਤਾ, ਤੁਸੀਂ ਉਹਨਾਂ ਨੂੰ ਮੌਤ ਦੇ ਚੁੰਗਲ ਤੋਂ ਬਚਾ ਲਿਆ। ਜਿਨ ਨਰ ਨਾਮ ਧਿਆਰੋ ਕਹਾ, ਦਰ ਦੁਸ਼ਟ ਦੋਖ ਤੇ ਰਹਾ। ਜਿਨ੍ਹਾਂ ਨੇ ਤੇਰਾ ਨਾਮ ਸਿਮਰਿਆ, ਉਹ ਦਲਿੱਦਰ ਤੋਂ, ਦੁਸ਼ਮਣ ਤੋਂ ਅਤੇ ਪਾਪਾਂ ਤੋਂ ਸਦਾ ਬਚੇ ਰਹੇ। ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹੱਥ ਹੈ ਲਿਹੋ ਬਾਰੀ। ਖੜਗ ਦਾ ਆਖਰੀ ਅਰਥ ਹੈ ਕਿਰਪਾਨ ਦੇ ਚਿੰਨ੍ਹ ਵਾਲਾ ਖੰਡਾ ਰੱਖਣ ਵਾਲਾ, ਭਾਵ ਅਕਾਲ ਪੁਰਖ। ਹੇ ਖੜਗ ਚਿੰਨ੍ਹ ਵਾਲੇ ਝੰਡੇ ਦੇ ਮਾਲਕ, ਮੈਂ ਆਪ ਜੀ ਦੀ ਸਰਨੀ ਹਾਂ, ਆਪਣਾ ਹੱਥ ਦੇ ਕੇ ਮੈਨੂੰ ਬਚਾ ਲਓ। ਸਰਵ ਠੌਰ ਮੋਹ ਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਠੌਰ ਦਾ ਆਖਰੀ ਅਰਥ ਹੈ ਥਾਂ, ਹਰ ਥਾਂ ਮੇਰੀ ਸਹਾਇਤਾ ਕਰੋ ਜੀ। ਦੁਸ਼ਟਾਂ ਅਤੇ ਵਿਸ਼ੇ ਵਿਕਾਰਾਂ ਤੋਂ ਮੈਨੂੰ ਬਚਾ ਲਵੋ ਜੀ। ਸੰਗਤ ਜੀ, ਆਪ ਜੀ ਨੇ ਚੌਪੜ ਸਾਹਿਬ ਜੀ ਦੀ ਵਿਚਾਰ ਸਰਵਣ ਕੀਤੀ ਹੈ, ਇਸ ਨੂੰ ਅੱਗੇ ਵੀ ਸੰਗਤਾਂ ਨੂੰ ਸ਼ੇਅਰ ਜ਼ਰੂਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।